ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸੇ ਵੀਡੀਓ ਵਿੱਚ ਮੈਂ ਪਟਵਾਰੀ ਵਾਲਿਆਂ ਲਈ ਮੌਕ ਟੈਸਟ ਲੈ ਕੇ ਆਇਆ ਹਾਂ ਇਹ ਮੌਕ ਟੈਸਟ 50 ਨੰਬਰ ਦਾ ਹੈ ਜਿਸ ਦੇ ਵਿੱਚ ਅਲੱਗ-ਅਲੱਗ ਸਬਜੈਕਟਾਂ ਦੇ ਕੁਐਸਚਨ ਪਾਏ ਗਏ ਹਨ ਜੇ ਤੁਸੀਂ 40 ਜਾਂ 40 ਤੋਂ ਜ਼ਿਆਦਾ ਨੰਬਰ ਲੈਂਦੇ ਹੋ ਤਾਂ ਸਮਝੋ ਤੁਹਾਡੀ ਤਿਆਰੀ ਵਧੀਆ ਹੈ ਤੁਸੀਂ ਤਿਆਰ ਹੋ ਪਟਵਾਰੀ ਦਾ ਪੇਪਰ ਦੇਣ ਦੇ ਲਈ ਠੀਕ ਹੈ ਵੀਡੀਓ ਦੇ ਐਂਡ ਦੇ ਵਿੱਚ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਮੌਕ ਟੈਸਟ ਨੂੰ ਫਰਸਟ ਕੁਐਸਚਨ ਹੈ ਈਮੇਲ ਵਿੱਚ ਵਰਤੇ ਜਾਂਦੇ BCC ਦਾ ਪੂਰਾ ਨਾਮ ਕੀ ਹੈ ਕੰਪਿਊਟਰ ਦੇ ਕੁਐਸਚਨ ਸ਼ੁਰੂ ਹੋਏ ਹਨ ਇਸ ਦਾ ਰਾਈਟ ਆਨਸਰ ਬਲਾਈਂਡ ਕਾਰਬਨ ਕਾਪੀ অপਸ਼ਨ A ਨੈਕਸਟ ਕੁਐਸਚਨ 블루ਟੂਥ ਟੈਕਨੋਲੋਜੀ ਦਾ IEEE ਮਿਆਰ ਕੀ ਹੈ ਰਾਈਟ ਆਨਸਰ ਹੋ ਜਾਏਗਾ অপਸ਼ਨ C अठ सौ दो पॉइंट पंद्रह पॉइंट एक नैक्सट क्वेश्चन वाई फाई इज़ डैश वाई फाई की है राइट right आंसर हो जाएगा वायरलैस नैटवर्किंग टेक्नोलॉजी ऑप्शन सी नैक्सट क्वेश्चन ਜੇ ਤੁਸੀਂ ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ ਨੂੰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਇੱਕ ਨੈੱਟਵਰਕ ਤੇ ਸਥਾਪਿਤ ਕਰਨ ਲਈ ਲਾਜ਼ਮੀ ਹੈ। ਰਾਈਟ ਆਨਸਰ ਹੋ ਜਾਏਗਾ ਇਸ ਦਾ router অপশন A नेक्स्ट ਕੁਐਸ਼ਨ ਕੰਪਿਊਟਰ ਵਿੱਚ RAM ਕਿੱਥੇ ਹੁੰਦੀ ਹੈ? ਸਹੀ ਉੱਤਰ ਹੋ ਜਾਏਗਾ ਮਦਰ ਬੋਰਡ অপশন এ नेक्स्ट क्वेश्चन ਹੈ ਸ਼ੂਟਕਟ ਕੀ ਕੰਟਰੋਲ ਪਲਸ ਐਨ ਦੀ ਵਰਤੋਂ ਕਿਸ ਲਈ ਹੁੰਦੀ ਹੈ ਸੋਚੋ ਕੀ ਹੋ ਸਕਦਾ ਆਨਸਰ ਸਹੀ ਆਨਸਰ ਹੈ ਨਿਊ ਡਾਕੂਮੈਂਟ অপশন ਡੀ ਨੈਕਸਟ ਕੁਐਸਚਨ ਹੈ ਕਾਮਨਲੀ ਯੂਜ਼ਡ ਮੋਡ ਆਫ 4ਜੀ ਨੈਟਵਰਕ ਇਜ਼ ਡੈਸ਼ सही उत्तर हो जाएगा LTE ऑप्शन डी अगला क्वेश्चन है जीपीएस दी फुल फॉर्म ग्लोबल पोजीशनिंग सिस्टम ऑप्शन है बी भारत दा आईटी एक्ट किस साल विच होंद विच आया सी राइट right आंसर है दो हजार ऑप्शन ए नेक्स्ट क्वेश्चन मालवेयर इज शॉर्ट फॉर्म ऑफ राइट आंसर हो जाएगा ऑप्शन बी मिलीशीसी सॉफ्टवेयर अगला क्वेश्चन जीके ਦੇ ਕੁਐਸਚਨ ਨੂੰ ਹੁਣ ਸ਼ੁਰੂ ਹੋ ਗਏ ਚਿਲਕਾ ਚੀਲ ਕਿਸ ਰਾਜ ਵਿੱਚ ਹੈ ਸਹੀ ਉੱਤਰ ਹੈ 오ਡੀਸਾ অপਸ਼ਨ ਹੈ ਸੀ ਨੈਕਸਟ ਕੁਐਸਚਨ ਹੈ 29 ਜੂਨ ਨੂੰ ਡੈਸ਼ ਮਨਾਇਆ ਜਾਂਦਾ ਹੈ ਰਾਈਟ ਆਨਸਰ ਹੈ ਨੈਸ਼ਨਲ ਸਟੈਟਿਸਟਿਕ ਡੇ जाने के राष्ट्रीय अंकड़े दिवस ऑप्शन बी नेक्स्ट क्वेश्चन मोहन बगान संबंधित है सही उत्तर हो जाएगा फुटबाल ऑप्शन ए अगला क्वेश्चन टोडर मल हेठ लिखिया किस दा वित्त मंत्री सी? राइट right आंसर हो जाएगा ਜalaluddin akbar option d ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਕਾਨੂੰਨੀ ਸਮਾਨਤਾ ਦੀ ਗਾਰੰਟੀ ਦਿੰਦਾ ਹੈ ਸਹੀ ਉੱਤਰ ਹੈ ਆਰਟੀਕਲ 14 অপশন c ਅਗਲਾ ਕੁਐਸਚਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਕੈਮੀਕਲ ਖਾਦ ਮੰਤਰਾਲਾ ਹੇਠ ਲਿਖਿਆਂ ਵਿੱਚੋਂ ਕਿਸ ਦੇ ਅਧੀਨ ਆਉਂਦਾ ਹੈ? অপਸ਼ਨ ਤੁਹਾਡੇ ਸਾਹਮਣੇ ਆਂ ਦੇਖ ਲਓ। ਰਾਈਟ ਆਨਸਰ ਹੈ ਸ਼੍ਰੀ ਸੰਮੁਖ ਮੰਡਵਿਆ অপਸ਼ਨ ਸੀ। ਨੈਕਸਟ ਕੁਐਸਚਨ ਵਿਸ਼ਵ ਏਡਜ਼ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? ਸਹੀ ਉੱਤਰ ਹੋ ਜਾਏਗਾ 1 ਦਸੰਬਰ অপਸ਼ਨ A ਨੈਕਸਟ ਕੁਐਸਚਨ ਹੈ ਕੈਰਟ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਸਮੁੰਦਰੀ ਜਹਾਜ਼ ਦੀ ਸਖਲਾਈ ਅਭਿਆਸ ਹੈ ਰਾਈਟ ਆਨਸਰ ਹੋ ਜਾਏਗਾ ਬੰਗਲਾਦੇਸ਼ ਤੇ ਯੂਐਸਏ অপਸ਼ਨ C ਭਾਰਤ ਦੇ ਮੌਜੂਦਾ ਖੇਡ ਮੰਤਰੀ ਕੌਣ ਹਨ ਰਾਈਟ ਆਨਸਰ ਹੈ ਅਨੁਰਾਗ ਸਿੰਘ ਠਾਕੁਰ অপਸ਼ਨ ਡੀ ਕਾਰਨੀ ਵਿਕੋਵ ਜਾਨਵਰਾਂ ਲਈ ਦੁਨੀਆ ਦਾ ਪਹਿਲਾ ਕੋਵਿਡ ਟੀਕਾ ਕਿਸ ਦੇਸ਼ ਵਿੱਚ ਵਿਕਸਿਤ ਕੀਤਾ ਗਿਆ ਹੈ ਸਹੀ ਉੱਤਰ ਹੋ ਜਾਏਗਾ অপਸ਼ਨ ਬੀ ਰੂਸ ਨੈਕਸਟ ਕੁਐਸਚਨ ਪੁਲਾੜ ਸ਼ਟਲ ਦਾ ਕੀ ਨਾਮ ਸੀ ਜਿਸ ਨੇ ਇਨਸਾਨ ਨੂੰ ਚੰਦ ਤੇ ਪਹੁੰਚਾਇਆ ਸਹੀ ਉੱਤਰ ਹੈ ਅਪੋਲੋ ਆਪਸ਼ਨ A ਨੈਕਸਟ ਕੁਐਸਚਨ ਰੇਡੀਅਮ ਦੀ ਖੋਜ ਕਿਸ ਨੇ ਕੀਤੀ ਸਹੀ ਉੱਤਰ ਹੈ ਮੈਡਮ ਕਿਊਰੀ ਆਪਸ਼ਨ D ਪਹਿਲੇ ਆਧੁਨਿਕ 올림픽 ਖੇਡਾਂ ਕਿਸ ਸਾਲ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ 1896 অপশন বি नेक्स्ट কোশ্চেন ক্ষেতিવાડી ਲਾਗਤ ਅਤੇ ਕੀਮਤਾਂ ਲਈ ਕਮਿਸ਼ਨ ਸਿਫਾਰਿਸ਼ ਕਰਦਾ ਹੈ। ਜੈਵਤਰੇ ਕਟੋਕਟ ਸਮਰਥਨ ਮੁੱਲ অপশন ਸੀ ਪਾਰਟ ਦੇ ਕਿਹੜੇ ਰਾਜ ਵਿੱਚ ਕੰਚਨਜੰਗਾ ਚੋਟੀ ਹੈ ਰਾਈਟ ਆਨਸਰ ਹੈ ਸਿੱਕਮ অপਸ਼ਨ ਡੀ ਨੈਕਸਟ ਕੁਐਸਚਨ ਪੰਜਾਬ ਦੇ ਮੌਜੂਦਾ ਰਾਜਪਾਲ ਕੌਣ ਹਨ ਸਹੀ ਉੱਤਰ ਹੈ ਬੀਪੀ ਸਿੰਘ ਬਦਨੌਰ অপਸ਼ਨ ਏ ਨਾਵਲ ਮੜੀ ਦਾ ਦੀਵਾ ਕਿਸ ਦੇ ਦੁਆਰਾ ਲਿਖਿਆ ਗਿਆ ਸੀ ਸਹੀ ਉੱਤਰ ਹੈ ਗੁਰਦੇਵਾਲ ਸਿੰਘ অপਸ਼ਨ ਡੀ ਡਾਟਰਮਲ ਹੇਠ ਲਿਖਿਆ ਰਾਜਿਆਂ ਵਿੱਚੋਂ ਕਿਸ ਦਾ ਵਿੱਤ ਮੰਤਰੀ ਸੀ ਰਾਈਟ ਆਨਸਰ ਹੋ ਜਾਏਗਾ ਜਲਾਲਉਦੀਨ ਅਕਬਰ অপਸ਼ਨ ਡੀ ਨੈਕਸਟ ਕੁਐਸਚਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਕੌਣ ਹਨ ਸਹੀ ਉੱਤਰ ਹੈ surjit patar option b ਨੈਕਸਟ ਕੁਐਸਚਨ ਮਾਸਟਰ ਤਾਰਾ ਸਿੰਘ ਕਿਸ ਲਹਿਰ ਨਾਲ ਸੰਬੰਧਿਤ ਸਨ ਪੰਜਾਬੀ ਸੱਭਾ ਲਹਿਰ option a ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ ਸਹੀ ਉੱਤਰ ਹੈ ਬੋਲਚਾਲ ਦੀ ਭਾਸ਼ਾ অপਸ਼ਨ A ਨੈਕਸਟ ਕੁਐਸਚਨ ਖੱਗੜ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਏਗਾ ਸਹੀ ਉੱਤਰ ਹੋ ਜਾਏਗਾ ਸੱਜਰ অপਸ਼ਨ B ਅਗਲਾ ਕੁਐਸਚਨ ਹੈ ਗੁਰਮਖੀ ਵਿੱਚ 바ਵਾ ਤੇ ਜਈਆਂ ਨੂੰ ਕੀ ਕਿਹਾ ਜਾਂਦਾ ਹੈ ਸਹੀ ਉੱਤਰ ਹੈ ਅਰਧ ਸਵਰ ਆਪਸ਼ਨ ਸੀ ਨੈਕਸਟ ਕੁਐਸਚਨ ਪਾਸ਼ਾਦੀ ਦ੍ਰਿਸ਼ਟੀ ਤੋਂ ਸ ਹ ਹ ਕ ਕ ਖ ਖ ਗ ਗ ਅੱਖਰ ਕੀ ਹਨ ਇਹ ਰਹਿ ਗਏ ਜੀ ਵਿਅੰਜਨ ਆਪਸ਼ਨ ਡੀ ਰਾਈਟ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਹੈ ਬਿੰਦੀ ਟਿੱਪੀ ਅਤੇ ਅਦਕ ਨੂੰ ਕੀ ਕਹਿੰਦੇ ਹਨ सही उत्तर लगा है लगाकर ऑप्शन सी निमा लिखित ਵਿੱਚੋਂ ਕਿਹੜੀ ਮਿੱਟੀ ਰੈਗੂਰ ਸ਼ਬਦ ਨਾਲ ਸੰਬੰਧਿਤ ਹੈ सही उत्तर है काली मिट्टी ऑप्शन बी हाइड्रोलॉजी एक विज्ञान है जो डैश ਨਾਲ संबंधित है एग्रीकल्चर ਦੇ ਕੁਐਸਚਨ ਸ਼ੁਰੂ ਹੋ ਗਏ ਸਤਾ ਅਤੇ ਭੂਮੀਗਤ ਪਾਣੀ অপশন ডি রাইট आंसर ਹੋ ਜੇਗਾ नेक्स्ट ਕੁਐਸਚਨ ਚੱਕੀਹਾਰਾ ਦੀ ਖੁਰਾਕ ਕੀ ਹੈ রাইট आंसर ਹੈ ਕੀੜੇ ਮਕੋੜੇ অপশন ਸੀ ਚਿੱਟੀ ਮੱਖੀ ਕਿਸ ਫਸਲ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਸਹੀ ਉੱਤਰ ਹੈ ਕਪਾ ऑप्शन डी नेक्स्ट क्वेश्चन किस देश विच रैचिंग विधि द्वारा खेती की जाती है राइट right आंसर है ऑस्ट्रेलिया ऑप्शन डी अगला क्वेश्चन एपीकल्चर किस न संबंधित है सही उत्तर है ਮਧੂਮੱਖੀ ਪਾਲਣ ਆਪਸ਼ਨ ਸੀ ਨੈਕਸਟ ਕੁਐਸਚਨ ਪੀਵੀਡਬਲਯੂ 752 ਕਿਸ ਫਸਲ ਦੀ ਕਿਸਮ ਹੈ ਸਹੀ ਉੱਤਰ ਹੈ ਕਣਕ ਆਪਸ਼ਨ ਏ ਅਗਲਾ ਕੁਐਸਚਨ ਹੈ ਭਾਰਤ ਵਿੱਚ ਆਪਰੇਸ਼ਨ ਫਲੱਡ ਪ੍ਰੋਗਰਾਮ ਦਾ ਆਰੰਭ ਕਦੋਂ ਹੋਇਆ ਸੀ ਆਪਸ਼ਨ ਡੀ सत्तर किसान दिवस कदों मनाया जाता है सही उत्तर हो जाएगा तेई दिसंबर ऑप्शन सी मिट्टी की नमी मापी जाती है सही उत्तर है टेंसियो मीटर ऑप्शन बी नेक्स्ट क्वेश्चन इंग्लिश के क्वेश्चन ही डिड नॉट क्वालिफाई डैश द जॉब सोचो कि आंसर आ सकता सही उत्तर हो जाएगा फोर ऑप्शन ए नेक्स्ट क्वेश्चन है एंटोनियम दसना वैलीडेट का सही उत्तर है डिसप्रूव ऑप्शन ए नेक्स्ट क्वेश्चन है स्नोनीयम मूविंग का सही उत्तर है शिफ्टिंग ऑप्शन बी रीजनिंग का क्वेश्चन है नंबर सीरीज वाला किमें चल रही है सीरीज़ सोचो इसका राइट आंसर है ऑप्शन बी एटी एट ये इस तरह चल रही है अठारह प्लस दस कि हो गए ट्वेंटी एट उस तो बाद अठाई प्लस बारह किन्ने हो गए फोर्टी उस तो बाद फोर्टी प्लस फोर्टीन किन्ने हो गए फिफ्टी फोर इस तरह ही चल रही है ਪਹਿਲਾਂ 10 ਪਲੱਸ ਹੋਇਆ ਫਿਰ 12 ਫਿਰ 14 ਫਿਰ 16 ਪਲੱਸ ਹੋਊਗਾ ਠੀਕ ਹੈ 16 ਪਲੱਸ ਹੋ ਕੇ ਕਿੰਨਾ ਬਣ ਜਾਣਾ 70 ਤੇ 18 ਪਲੱਸ ਹੋ ਕੇ ਕਿੰਨਾ ਬਣ ਜੇਗਾ 88 ਠੀਕ ਹੈ 70 ਦੇ ਵਿੱਚ 18 ਪਲੱਸ ਕਰੇ 88 ਠੀਕ ਹੈ ਇਸ ਤਰ੍ਹਾਂ ਹੀ ਸੀਰੀਜ਼ ਚੱਲ ਰਹੀ ਹੈ ਨੈਕਸਟ ਕੁਐਸਚਨ ਹੈ ਸੁਰੇਸ਼ ਨੇ ਇੱਕ ਲੜਕੇ ਦੀ ਫੋਟੋ ਵੱਲ ਇਸ਼ਾਰਾ ਕਰਦੇ ਆ ਕਿਹਾ ਉਹ ਮੇਰੀ ਮਾਂ ਦੇ ਇਕਲੌਤੇ ਬੇਟੇ ਦਾ ਬੇਟਾ ਹੈ ਸ੍ਰੇਸ਼ ਦਾ ਉਸ ਲੜਕੇ ਨਾਲ ਕੀ ਸੰਬੰਧ ਹੈ ਸੋਚੋ ਤੇ ਆਨਸਰ ਰਾਈਟ ਆਨਸਰ ਹੈ ਪਿਤਾ অপਸ਼ਨ ਹੈ ਡੀ ਪਟਵਾਰੀ ਦੇ ਅਲੱਗ-ਅਲੱਗ ਸਬਜੈਕਟਾਂ ਦੀ ਮੈਂ ਪਲੇਲਿਸਟ ਬਣਾਈ ਹੋਈ ਹੈ ਉੱਥੇ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਬਹੁਤ ਵਧੀਆ ਨੋਟਸ ਬਣਾਏ ਹੋਏ ਆ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਏ ਠੀਕ ਹੈ ਪਲੇਲਿਸਟ ਦੇਖਣ ਲਈ ਸਭ ਤੋਂ ਪਹਿਲਾਂ ਚੈਨਲ ਦੇ ਲੋਗੋ ਦੇ ਉੱਤੇ ਕਲਿੱਕ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਪਲੇਲਿਸਟ ਦੇ ਵਿੱਚ ਲਿਜਾਓ ਇੱਥੇ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਲਿਓ ਟੌਪ 50 ਕੁਐਸਚਨ ਪਟਵਾਰੀ ਦੇ ਉਸ ਤੋਂ ਬਾਅਦ ਕੰਪਿਊਟਰ ਦੇ ਕੁਐਸਚਨ ਕਰੰਟ ਅਫੇਅਰ ਠੀਕ ਹੈ ਪੰਜਾਬੀ ਦੀ ਪਲੇਲਿਸਟ ਬਣੀ ਹੋਈ ਹੈ ਕੰਪਿਊਟਰ ਦੀ ਬਣੀ ਹੋਈ ਹੈ ਜੀਕੇ ਦੀ ਬਣੀ ਹੋਈ ਹੈ ਐਗਰੀਕਲਚਰ ਦੀ ਬਣੀ ਹੋਈ ਹੈ ਠੀਕ ਹੈ ਇੱਕ ਕਾਮਨ ਪਲੇਲਿਸਟ ਬਣੀ ਹੋਈ ਹੈ ਜਿਸ ਦੇ ਵਿੱਚ ਮੈਂ 150 ਵੀਡੀਓਸ ਪਾ ਚੁੱਕਿਆ ਹਾਂ ਠੀਕ ਹੈ ਅਤੇ ਇੱਕ ਮੈਂ ਨਵੀਂ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਪ੍ਰੀਵੀਅਸ ਈਅਰ ਦੇ ਕੁਐਸਚਨ ਪਾਉਣਾ ਹੈ ਮੈਂ ਉਸ ਦੇ ਵਿੱਚ ਉਹ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਠੀਕ ਹੈ ਆ ਦੇਖੋ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਅਲੱਗ-ਅਲੱਗ ਪੇਪਰਾਂ ਦੇ ਜੋ ਪੁਰਾਣੇ ਪੇਪਰਾਂ ਵਿੱਚ ਕੁਐਸਚਨ ਪੁੱਛੇ ਗਏ ਸੀ ਉਹ ਤੁਸੀਂ ਜ਼ਰੂਰ ਦੇਖਿਓ ਠੀਕ ਹੈ ਇਸ ਨਾਲ ਤੁਹਾਨੂੰ ਹੈਲਪ ਮਿਲੇਗੀ ਪੇਪਰ ਕਰਨ ਦੇ ਵਿੱਚ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ ਠੀਕ ਹੈ ਪਲੇਲਿਸਟ ਜ਼ਰੂਰ ਦੇਖ ਲਿਓ ਸਾਰੇ ਜਾਨੇ